ਅਸਲਾਮ ਅਲੈਕਮ ਪਿਆਰੇ ਵੀਵਰ ਅੱਜ ਮੈਂ ਤੁਹਾਨੂੰ ਸਰਦੇ ਦੀ ਫਸਲ ਵਿਖਾਵਾਂ ਇਹ ਅਸੀਂ ਤਕਰੀਬਨ ਦੋਵੇਂ ਸਾਲ ਤੋਂ ਲਾ ਰਹੇ ਹਾਂ ਇਹਨੂੰ ਵੀ ਜਲਸਾਉ ਦੀ ਸ਼ਿਕਾਇਤ ਹੋਈ ਸੀ ਲੇਕਿਨ ਇਹ ਕੰਟਰੋਲ ਹੋ ਗਿਆ ਦੱਸਿਆ ਅੱਗੇ ਵੀ ਬਾਰਸ਼ਾਂ ਮਸਲਸਲ ਆਉਂਦੀਆਂ ਰਹੀਆਂ ਨੇ ਵਾ ਵਾ ਤਕਰੀਬਨ ਕੋਈ 15 20 ਦਿਨ ਹੀ ਤੇ ਉਹਨਾਂ ਦੀ ਵਜ੍ਹਾ ਤੋਂ ਇਹਨਾਂ ਨੂੰ ਜਿਹੜਾ ਨਾ ਥੋੜਾ ਜਿਹਾ ਮਸਲਾ ਬਣਿਆ ਸ਼ਿਕਾਇਤ ਬਣੀ ਤੇ ਅਸੀਂ ਇਹ ਦੂਸਰੇ ਸਾਲ ਤੋਂ ਤਕਰੀਬਨ ਜਿਹੜਾ ਨਾ ਇਹਨੂੰ ਲਾਣਾ ਸ਼ੁਰੂ ਕੀਤਾ ये सरदा तक खरबूजे की किस्म है लेकिन है सदा इन खरबूजे खर्चा कम है इन मार्केट ਖਰਬੂਜ਼ੇ ਨਾਲੋਂ ਵੀ ਜ਼ਿਆਦਾ ਹੁੰਦੀ ਇੱਕ ਵਜ੍ਹਾ ਇਹ ਹੈ ਵੀ ਇੱਕ ਤੇ ਹੁੰਦੇ ਤੋਂ ਮਿੱਠਾ ਜ਼ਿਆਦਾ ਹੁੰਦਾ ਹੈ ਦੂਸਰੇ ਨੰਬਰ ਤੇ ਇਹ ਜਿਹੜਾ ਹੈ ਨਾ ਆਪਣਾ ਕੁ ਚਾਰ ਦਿਨ ਪਿਆ ਵੀ ਰਵੇ ਤੇ ਇਹ ਖਰਾਬ ਨਹੀਂ ਹੁੰਦਾ ਖਰਬੂਜ਼ੇ ਦੀ ਨਹੀਂ ਹੁੰਦਾ ਤਕਰੀਬਨ ਹਰ ਵਾਲੇ ਜਿਹੜੀ ਹੈ ਨਾ ਉਹ ਫਲ ਚਾਈ ਖਲੀ ਅੱਲਾ ਮਿਹਰਬਾਨੀ ਕੀਤੀ ਹੁਣ ਜੜੀ ਹੈ ਉਹ ਥੋੜਾ ਜਨਾ ਤਾਂ ਵੱਲ ਵੀ ਤੰਦਰੁਸਤ ਹੋ ਗਈ ਜੁਨਸਾ ਤੋਂ ਬਚ ਗਈ ਪਿਛਲੇ ਸਾਲ ਸਾਡਾ ਥੋੜਾ ਜਿਹਾ ਤਜਰਬੇ ਚ ਗੱਲ ਲੰਗੀ ਐ ਲੇਕਿਨ ਸਾਨੂੰ ਇਹਦੇ ਚ ਘਾਟਾ ਨਹੀਂ ਪਿਆ ਆ ਕੋਈ ਚਾਰਾ ਨਹੀਂ ਜਿਹੜੇ ਨੇ ਉਹ ਬੱਚੇ ਹੀ ਨੇ ਤੇ ਇਸ ਵਾਰੀ ਤੇ ਅਸੀਂ ਫੇਰ ਸਪੈਸ਼ਲ ਲਾਇਆ ਪਹਿਲੀ ਪਹਿਲਾ ਸੀਜ਼ਨ ਸੀ ਸਾਡਾ ਵੀ ਚੈੱਕ ਕਰ ਲਈਏ ਵੀ ਕਿੰਨਾ ਕੁ ਜਿਹੜਾ ਨਾ ਇਹ ਮੁਨਾਫਾ ਦਿੰਦਾ ਜਾਂ ਤੇ ਖਰਚਾ ਕਿੰਨਾ ਹੁੰਦਾ ਲੇਕਿਨ ਹੁਣ ਜਿਹੜਾ ਐ ਇਸ ਸਾਲ ਸੀਜ਼ਨ ਅਸੀਂ ਜਿਹੜਾ ਪੋ ਇਹਨ ਪਰਮਨੈਂਟਲੀ ਜਿਹੜਾ ਹੈ ਉਹ ਸਟਾਰਟ ਕੀਤਾ ਹੈ ਇਹਦੀ ਵਲਤ ਖਰਬੂਜ਼ੇ ਤੋਂ ਥੋੜੀ ਜਿਹੀ ਲੰਮੀ ਹੋ ਜਾਂਦੀ ਇਹਦਾ ਪੁੱਠਾ ਖਰਬੂਜ਼ੇ ਦਾ ਅਗਰ 6 ਫੁੱਟ ਦਾ ਹੈ ਤੇ ਇਹਦਾ ਫੁੱਟ ਡੇਢ ਜਿਹੜਾ ਉਹ ਜ਼ਿਆਦਾ ਰੱਖਣਾ ਪੈਂਦਾ ਕਿਉਂਕਿ ਇਹਦੀ ਵੱਲ ਮਤੀਰੇ ਤੇਰਾ ਵਾਵਾ ਵੱਡੀ ਹੋ ਜਾਂਦੀ ਹੈ ਖਰਬੂਜ਼ੇ ਦੀ ਨਿਸ਼ਬਤ ਤੇ ਜਦੋਂ ਸੌ ਦੀ ਨੂੰ ਵਾਵਾ ਸ਼ਿਕਾਇਤ ਹੋ ਗਈ ਜਾਂ ਮੱਲ ਵੀ ਖਾਣਾ ਹਰ ਹਾਲ ਹੋਣ ਦੀ ਕੁਝ ਜਿਹੜੀ ਇਹ ਬਚਤ ਹੋ ਗਈ ਹੈ ਅੱਗੇ ਵੇਖ ਰਹੇ ਜੇ ਪੱਤੇ ਵਿੱਚ ਨਵੇਂ ਫੁੱਲ ਨਵੇਂ ਅੱਗੂ ਨਿਕਲਣੇ ਸ਼ੁਰੂ ਹੋ ਗਏ ਨੇ ਪਿਛਲਾ ਫਲ ਜਿਹੜਾ ਪਹਿਲੇ ਸ਼ਾਪਰ ਦੇ ਵਿੱਚ ਲੱਗਿਆ ਸੀ ਉਹ ਤਕਰੀਬਨ ਇਹ ਡੱਡਾ ਕੋਈ ਵੱਲਾਂ ਜਿਨ੍ਹਾਂ ਨੂੰ ਨਾਗੇ ਹਨ ਉਹਲੇ ਵੱਲਾਂ ਛੋਟੀਆਂ ਨੇ ਉਹਨਾਂ ਨੇ ਆਲੇ ਫਲ ਨਹੀਂ ਲਿਆ ਤੇ ਕੀਆਂ ਜਿਹੜੀ ਕਈ ਜਿਹੜੀਆਂ ਹਨ ਉਹ ਫਲ ਦੋ ਦੋ ਦਾਣੇ ਚਾਰ ਚਾਰ ਦਾਣੇ ਉਹ ਲਈ ਖਲੀਆਂ ਨੇ ਜਿਵੇਂ ਦੋ ਦਾਣੇ ਲੱਗੇ ਨੇ जी मेरे प्यारे दोस्तों आज ले ये नहीं अगे नेक्स्ट वीडियो ले इंशाल्लाह जो फिर दोनों भी विखावगा फसल के हालात खड़ी जो प्यारे दोस्त मेरा चैनल सब्सक्राइब नहीं किया प्लीज प्लीजमी सबसक्राइब करे तो बैल एक दबा दें الله فزي